ਲੱਗਣੇ ਆ, ਬੈਠੇ ਰਹੋ, ਕਾਲ ਨਾ ਕਰਿਓ। ਐਦਕੀ ਅਸਲ ਚ ਨਾ ਦੀਵਾਨ ਅੱਜ ਮੈਂ ਫਿੱਕਾ ਫਿੱਕਾ ਇਸ ਕਰਕੇ ਰਿਹਾ ਵੀ ਮੈਂ ਜਦੋਂ ਆਇਆ ਨਾ ਮੈਨੂੰ ਕਬੂਤਰ ਉੱਡਦੇ ਦਿਸਦੇ ਸੀ ਵਿੱਚ, ਤੇ ਮੈਨੂੰ ਇਸ ਗੱਲ ਦਾ ਗੁੱਸਾ ਚੜਿਆ ਇੱਕ ਤਰ੍ਹਾਂ ਨਾਲ, ਮੈਨੂੰ ਚੰਗੀ ਨਹੀਂ ਲੱਗੀ ਗੱਲ। ਉਹ ਮੈਨੂੰ ਤੁਹਾਡੇ ਤੇ ਨਹੀਂ, ਮੈਨੂੰ ਮੇਰੇ ਚਿਮਟਿਆਂ ਵਾਲਿਆਂ ਦੀ ਖਿੱਚ ਚੜੀ ਗਈ ਵੀ ਤੁਸੀਂ ਮਰ ਜਾਓ, ਗੇੜਾ ਤਾਂ ਮਾਰ ਲਿਆ ਕਰੋ ਮਾੜਾ ਜਿਹਾ। ਉਹ ਤਾਂ ਮੇਰੇ ਅੱਜ ਮਾਇੰਡ ਜਿਹੜਾ ਹੈ ਨਾ ਇੱਦਾਂ ਹੀ ਘੁੰਮੀ ਗਿਆ। ਮੈਂ ਕੋਈ ਗੱਲ ਕਰਨ ਲੱਗਦਾ ਸੀ ਨਾ, ਕੋਈ ਪ੍ਰਸੰਗ ਸੁਣਾਵਾਂ ਜਾਂ ਕੋਈ ਸ਼ਬਦ ਦੀ ਵਿਚਾਰ ਕਰਾਂ, ਉਹ ਮੈਨੂੰ ਕਬੂਤਰ ਉਧਰੋਂ ਉਧਰ ਚਲ ਜਾਇਆ ਕਰਨ, ਉਧਰੋਂ ਫੇਰ ਉਧਰ। ਮੈਂ ਇੱਦਾਂ ਹੀ ਵੇਖੀ ਗਿਆ ਵੀ ਯਾਰ ਅੰਨੇ ਬੰਦੇ ਆ ਵੀ ਮਾੜਾ ਜਿਹਾ ਗੇੜਾ ਤੇ ਮਾਰਿਆ ਕਰੋ, ਕਿੱਥੇ ਦੇਣ ਦਿਓਗੇ ਤੁਸੀਂ? ਲੋਕ ਤੁਹਾਡੀ ਇੰਨੀ ਸੇਵਾ ਕਰਦੇ ਆ, ਤੁਹਾਨੂੰ ਸੇਵਾਦਾਰ ਸਮਝਦੇ ਆ, ਇਹ ਤੇ ਇੰਨਾ ਇਹਦਾ ਵੀ ਲਾਹਾ। ਜਿਵੇਂ ਇਹ ਫੋਟੋ ਹੱਥ ਹੱਥ ਫੜ ਲੈਂਦੇ ਨਾ, ਮੈਂ ਹੱਥ ਫੜ ਕੇ ਥੱਲੇ ਉਤਰਦਾ, ਇਹਦਾ ਵੀ ਲਾਹਾ ਲੈਂਦੇ ਵੀ ਫੋਟੋ ਖਿਚਾ ਲਈ ਨਾ ਨਾਲ। ਅਗਲਾ ਕਹਿੰਦਾ ਯਾਰ ਬੜਾ ਖਾਸ ਸੇਵਾਦਾਰ, ਅਗਲਾ ਤੇ ਇਹੀ ਸਮਝਦਾ ਵੀ ਬੜਾ ਨੇੜੇ। ਤੋ ਮੈਂ ਇਸ ਗੱਲ ਕਰਕੇ ਅੱਜ ਜਦੋਂ ਮੈਂ ਆਇਆ ਨਾ ਸਟੇਜ ਤੇ ਬੈਠਾ ਜਦੋਂ ਮੈਂ, ਤੇ ਮੈਂ ਇੱਦਾਂ ਹੀ ਵੇਖਦਾ ਨਾ ਵੀ ਇਹ ਕਬੂਤਰ ਹੀ ਗੇੜੇ ਦੇਈ ਜਾਂਦੇ। ਤੇ ਆ ਭਾਈ ਕੁਲਦੀਪ ਸਿੰਘ ਆ, ਵੇਖੋ ਇਹਨਾਂ ਦੀ ਇੰਨੀ ਮਿਹਨਤ ਹੈ, ਸਾਡੇ ਇੱਥੇ ਇੰਨੇ ਬੰਦੇ ਕੰਮ ਕਰਦੇ ਆ ਪਰ ਇੱਕ ਨੰਬਰ ਦੇ ਸੇਵਾਦਾਰ ਇਹ ਆ, ਤੇ ਚਾਹੀਦੇ ਆ ਇਹੋ ਜਿਹੇ ਬੰਦੇ ਅੱਗੇ ਲੱਗਣ। ਸੁਣੋ ਗੱਲ, ਇਹਨਾਂ ਬੰਦਿਆਂ ਨੂੰ ਦਿਨ ਰਾਤ ਫਿਕਰ ਹੁੰਦਾ ਵੀ ਸਟੇਜ ਸਜਾਈਏ, ਸਿਰ ਫੁਰਕਣ ਦਾ ਵੇਲ ਨਹੀਂ ਹੁੰਦਾ। ਇੰਨੀ ਮਿਹਨਤ ਬੰਦੇ ਕਰਦੇ ਆ, ਇਹੋ ਜਿਹੇ ਬੰਦੇ ਚਾਹੀਦੇ ਆ ਵੀ ਜਿਹਨਾਂ ਨੂੰ ਸਤਿਕਾਰ ਕਰੀਏ ਵੀ ਹਾਂ, ਨਾਲੇ ਗੁਚੋਲੇ ਨਹੀਂ ਪਾਏ, ਨਾਲੇ ਸਿੰਪਲ ਹੈ, ਇਹਨਾਂ ਦੇ ਕਦੇ ਕਿਸੇ ਨੇ ਹੱਥ ਨਹੀਂ ਧਵਾਏ, ਕਦੇ ਇਹਨਾਂ ਦੀ ਸੇਵਾ ਨਹੀਂ ਕੀਤੀ, ਕਦੇ ਇਹਨਾਂ ਨੂੰ ਕਿਸੇ ਨੇ ਚੱਜ ਦੀ ਗੱਡੀ ਚ ਨਹੀਂ ਪਾਇਆ। ਤੇ ਜਿਹਨਾਂ ਨੂੰ ਚੱਜ ਦੀਆਂ ਗੱਡੀਆਂ ਚ ਭਾਈ ਫਿਰਦੇ ਆ, ਉਹਨਾਂ ਨੂੰ ਕੱਖ ਨਹੀਂ ਪਤਾ, ਉਹ ਗੇੜਾ ਵੀ ਨਹੀਂ ਮਾਰਦੇ ਇੱਥੇ। ਹੁਣ ਕੋਈ ਨੀ, ਇੱਕ ਮਹੀਨੇ ਦੇ ਵਿੱਚ ਵਿੱਚ ਨਾ ਇਹ ਸਿੱਧੇ ਕਰ ਦੋ ਸਾਰੇ, ਇੱਕ ਮਹੀਨਾ ਹੀ। ਮੈਂ ਪਹਿਲਾਂ ਵੀ ਕਹਿ ਹਟਿਆ ਵੀ ਵੇਖਿਓ ਛਾਂਟੀ ਕਿਵੇਂ ਕਰਦਾ ਮੈਂ, ਨਵੇਂ ਕਿੰਨੇ ਭਰਤੀ ਤੇ ਕੱਢਦਾ ਕਿਵੇਂ ਆ ਨਾ, ਵੇਖਿਓ ਸੀ ਹੁੰਦਾ ਕੀ ਹੈ। ਅੱਜ ਮੈਂ ਇਹੀ ਸੋਚਦਾ ਰਿਹਾ ਦੀਵਾਨ ਚ, ਮੈਣੀ ਵੱਲ ਮੇਰਾ ਧਿਆਨ ਨਹੀਂ ਸੀ, ਧਿਆਨ ਮੇਰਾ ਇਹਨਾਂ ਚ ਹੀ ਸੀ ਅੱਜ। ਮੈਂ ਤਾਂ ਮਾਫ਼ੀ ਮੰਗਦਾ ਪਿਆਰਿਓ ਤੁਹਾਡੇ ਤੋਂ ਵੀ ਅੱਜ ਸਵਾਦ ਨਹੀਂ ਆਇਆ ਦੀਵਾਨ ਦਾ, ਕਿਉਂਕਿ ਮੇਰਾ ਇਹਨਾਂ ਨੇ ਮੂਡ ਖਰਾਬ ਕਰ ਹੋ ਜਾਂਦਾ ਭਾਈ, ਕਿਉਂਕਿ ਜ਼ਿੰਮੇਵਾਰ ਮੈਂ ਆ ਨਾ, ਕਿਤੇ ਨਾ ਕਿਤੇ ਅਸਥਾਨ ਨੂੰ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਉਹ ਮੇਰੀ ਹੈ। ਇਹਦੇ 'ਚ ਜਦੋਂ ਖਰਾਬੀ ਹੁੰਦੀ ਹੈ ਵੀ ਡਿਊਟੀਆਂ ਯਾਰ ਜਿਹੜੇ ਬੰਦਿਆਂ ਦੀਆਂ ਉਹ ਡਿਊਟੀਆਂ ਕਰੋ, ਕੋਈ ਫੇਸਬੁੱਕਾਂ ਤੇ ਲੱਗਿਆ ਰਹਿੰਦਾ, ਕੋਈ ਵਟਸਐਪ ਤੇ ਲੱਗਿਆ ਰਹਿੰਦਾ, ਇਹਨਾਂ ਦੇ ਫੋਨ ਫਾਨ ਨਾ ਨਾ ਤੋੜੇ ਫੜ ਕੇ ਫਿਰ ਵੇਖ ਹੁੰਦਾ ਕੀ ਆ, ਵੇਖਿਓ ਸੀ ਹੁਣ ਬਣਦਾ ਕੀ ਹੈ।